ਲੈ ਪੁੱਤ ਕਰ ਮੂਰਤ ਕਰ ਲੈ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਰਦਾ ਮਤੂ ਵਾਸਤੇ ਤੇ ਵਧੀਆ ਹੈ ਨਾ ਵੈਸੇ ਸੋਹਣਾ ਬਣਿਆ ਬਾਥਰੂਮ ਜਿਹੜਾ ਪ੍ਰੈਸ਼ਰ ਜੈਟ ਲਾਉਣਾ ਆਪਾਂ ਤੇ ਟੈਂਕੀ ਨੂੰ ਪਾਣੀ ਸਪਲਾਈ ਦੇਣੀ ਆ ਉਹ ਇਹਦੇ ਵੀ ਦੀ ਆਊਟਪੁੱਟ ਲਾਉਣੀ ਆ ਬਕਾ ਤੁਹਾਨੂੰ ਦਿਖਾਈ ਸੀ ਜਿਹੜੀ ਟੈਪ ਮਿਲ ਗਈ ਆ ਪਰ ਉਹ ਸਮਝ ਨਹੀਂ ਆ ਰਹੀ ਵੀ ਕਲੰਪਣਾ ਲਾਈਏ ਜਾਂ ਕਿਸ ਤਰ੍ਹਾਂ ਲਾਈਏ ਹੁਣ ਮੈਂ ਸੋਚਿਆ ਵੀ ਇਹਦੇ ਵਿੱਚ ਲਾ ਕੇ ਨਾ ਇਸ ਤਰ੍ਹਾਂ ਜੇ ਫਿੱਟ ਕਰ ਦੂੰਗਾ ਇਹਨੂੰ ਕੱਟ ਕੇ ਜੇ ਫਿੱਟ ਕਰ ਦਿੰਦੇ ਆ ਤਾਂ ਕਿ ਬਲੂ ਇਹ ਮਜ਼ਬੂਤ ਰਹੇ ਜਾਂ ਫਿਰ ਉੱਚਾ ਕਰਨਾ ਪੈਣਾ ਸੀ ਆਪਾਂ ਨੂੰ ਕੋਈ ਹੋਰ ਲਾਉਣਾ ਪੈਣਾ ਸੀ ਕਿਦਾਂ ਹੀ ਜਗਾ ਕੇ ਦਿੰਦੇ ਸ਼ਾਇਦ ਕੀ ਬਣਾ ਰਹੇ ਭਾਜੀ ਇਹ ਪਈਆਂ ਦੇ ਚੱਲਣ ਵਾਲਾ ਘਰ ਆ ਵੀਰ ਜੀ ਵਿੱਚ ਸੋਫੇ ਬੈੱਡ ਬਾਥਰੂਮ ਕਿਚਨ ਹਾਂ ਕਿਚਨ ਦੋ ਕਿਚਨ ਬਣਾਏ ਆ ਦੇਖ ਪਿੱਛੇ ਕਿੱਥੇ मेन कारण यही है बस इन्ना भी टैंकी जो वैन चले उदो कि डिगे ना चाहे इधर उधर ना जाए टैंकी बनन वास्ते पत्री बनाई अपनी हाँ पुत आ रहा पानी उत्ते हाँ चलो ठीक है ਉੱਥੇ ਰਹਿੰਦੇ ਨੇ ਬੰਗਲੌਰ ਉੱਥੋਂ ਕਹਿੰਦੇ ਮੈਂ ਰੋਜ਼ ਵੇਖਦੀ ਹੁੰਦੀ ਸੀ ਮੈਨੂੰ ਰੋਪੜ ਘੁਮਾ ਦਿੰਦੇ ਸੀ ਤੁਸੀਂ ਕਦੀ ਮੰਡੀ 'ਚ ਕਦੀ ਇੱਥੇ ਡੀਏਵੀ ਸਕੂਲ ਆਪਣੇ ਸਬਸਕ੍ਰਾਈਬਰ ਨੇ ਬਹੁਤ ਪਿਆਰੇ ਮੈਂ ਇੱਥੇ ਮੋੜ ਤੇ ਖੜੀ ਸੀ ਕਹਿੰਦੇ ਲੱਗਦੇ ਤੂੰ ਉਹੀ ਆ ਜਿਹੜੀ ਯੂਟਿਊਬ ਤੇ ਆ ਤੇ ਬਹੁਤ ਪਿਆਰ ਕਰਦੇ ਨੇ ਆਪਾਂ ਨੂੰ ਇਹ ਸਾਹਮਣੇ ਘਰ ਇਹਨਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਮੇਰੇ ਕੋਲ ਗੱਡੀ ਨਹੀਂ ਖੁੱਲੀ ਲੋਕ ਕਰਕੇ ਮੈਂ ਇੱਥੇ ਖੜ ਗਈ बंगलौर जा रही देखांगी अच्छा बंगलौर रहिंदे इन्ना के बच्चे है ना बंगलौर उत्थे रहिंदे ने ਬੰਗਲੌਰ ਉੱਥੋਂ ਕਹਿੰਦੇ ਮੈਂ ਰੋਜ਼ ਵੇਖਦੀ ਹੁੰਦੀ ਸੀ ਮੈਨੂੰ ਰੋਪੜ ਘੁਮਾ ਦਿੰਦੇ ਸੀ ਤੁਸੀਂ ਕਦੀ ਮੰਡੀ 'ਚ ਕਦੀ ਇੱਥੇ ਡੀਏਵੀ ਸਕੂਲ ਅਤੇ ਹਾਂਜੀ ਹੁਣ ਆਪਾਂ ਆਇਆ ਜੀ ਮੰਮਾ ਦੇ ਸਬਸਕ੍ਰਾਈਬਰ ਦੇ ਘਰ ਅਤੇ ਤੁਸੀਂ ਕਹੋਗੇ ਕਿ ਅੱਜ ਡਿਊਟੀ ਉਹਨਾਂ ਦੇ ਬੇਟੇ ਨੇ ਸਾਂਭੀ ਹੋਈ ਹੈ ਕੈਮਰੇ ਦੀ ਇਹ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਆਪਾਂ ਆਏ ਹੋਏ ਹਾਂ ਅਤੇ ਉਹ ਅੰਦਰ ਗੱਲਾਂ ਕਰਦੇ ਪਏ ਨੇ ਅਤੇ ਇੰਨੀ ਸੋਹਣੀ ਸੀਨਰੀ ਬਣਾਈ ਸੀ ਨਾ ਮੈਂ ਕਿਹਾ ਚੱਲ ਮੈਂ ਤੁਹਾਨੂੰ ਦਿਖਾ ਦਿੰਦਾ ਬਾਹਰ ਆ ਕੇ ਅਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇੰਨਾ ਸੋਹਣਾ ਆਪਣੇ ਘਰ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਅਤੇ ਇਹ ਦੇਖ ਸਕਦੇ ਕਿੰਨੇ ਸੋਹਣੇ ਬੂਟੇ ਲਾਏ ਹੋਏ ਨੇ ਇੱਧਰ ਸਾਰੇ ਉੱਪਰ ਮਤਲਬ ਕਿ ਜੇ ਆਪਾਂ ਉੱਤਰ ਸੀਡੀ ਵੱਲ ਨੂੰ ਵੀ ਚੜ੍ਹਦੇ ਹਾਂ ਤਾਂ ਵੀ ਇਹਨਾਂ ਨੇ ਦੇਖੋ ਬੂਟੇ ਲਾਏ ਹੋਏ ਨੇ ਹਰ ਇੱਕ ਗਮਲੇ ਦੇ ਵਿੱਚ ਪਾ ਕੇ ਚਾਹੇ ਉਹ ਪਲਾਸਟਿਕ ਦਾ ਹੈ ਚਾਹੇ ਚੀਨੀ ਦਾ ਹੈ ਅਤੇ ਇਹ ਦੇਖ ਸਕਦੇ ਉੱਧਰਲੇ ਬੰਨੇ ਵੀ ਸੀੜੀਆਂ ਦੇ ਨਾਲ ਲਮਕਾਏ ਵੀ ਹੋਏ ਨੇ ਇੱਧਰ ਮਨੀ ਪਲਾਂਟ ਦੀ ਵੇਲ ਹੈ ਇੱਧਰਲੇ ਨੀਚੇ ਵੀ ਇੱਧਰ ਦੇਖੋ ਕਿੰਨੇ ਸੋਹਣੇ ਪੌਦੇ ਲਾਏ ਹੋਏ ਨੇ ਹਰ ਇੱਕ ਤਰ੍ਹਾਂ ਦਾ ਪੌਦਾ ਹੈ ਅਤੇ ਇੱਧਰਲੇ ਬੰਨੇ ਵੇਲ ਹੈ ਇਹ ਪਤਾ ਨਹੀਂ ਕਾਹਦੀ ਹੈ ਪਰ ਬਹੁਤ ਸੋਹਣੀ ਲੱਗਦੀ ਪਈ ਹੈ ਫਿਰ ਵੀ ਦੇਖੋ ਇੰਨਾ ਸੋਹਣਾ ਸੀਨ ਹੈ ਨਾ ਇੱਕ ਵਾਰੀ ਬੈਗ ਜਾ ਕੇ ਤੁਹਾਨੂੰ ਮੈਂ ਸਾਰਾ ਦਿਖਾ ਦਿੰਦਾ ਇਹ ਦੇਖ ਸਕਦੇ ਤੁਸੀਂ ਇਹ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਇੱਥੋਂ ਇੱਦਾਂ ਦੀ ਵੀ ਕੋਈ ਹੈ ਨਹੀਂ ਕਿ ਗੱਲ ਕਿ ਕੋਈ ਬੂਟਾ ਸੜਿਆ ਹੋਇਆ ਪਰ ਹਰ ਇੱਕ ਬੂਟਾ ਮਤਲਬ ਮੇਨਟੇਨ ਕਰਕੇ ਰੱਖਿਆ ਹੋਇਆ ਇਹਨਾਂ ਨੇ ਆ ਜਾਣ ਮੈਂ ਤੁਹਾਨੂੰ ਅੰਦਰ ਦਿਖਾਉਣਾ ਕਿ ਉਹ ਕਿੱਦਾਂ ਗੱਲਾਂ ਬਾਤਾਂ ਮਾਰ ਲੱਗੇ ਹੋਏ ਨੇ ਆ ਜਾਣ ਆਪਾਂ ਉਹਨਾਂ ਦੇ ਅੰਦਰ ਚੱਲਦੇ ਹਾਂ ਘਰੇ ਇਹਦੀ ਕੰਪਲੀਟ ਗੱਡੀ ਨਹੀਂ ਆਪਣੀ ਤਿਆਰ ਹੋਈ ਤੇ ਫਿਰ ਵੀ ਆਪਾਂ ਮੈਂ ਕਿਹਾ ਚੱਲ ਆਂਟੀ ਨੂੰ ਦਿਖਾਉਂਦੇ ਆਂਟੀ ਕਹਿੰਦੇ ਵੀ ਤੁਸੀਂ ਗੱਡੀ ਲੈ ਕੇ ਆਓ ਦਿਖਾਓ ਆਪਾਂ ਨੂੰ ਇਹ ਦਿਖਾ ਦਿੰਦੇ ਆਪਾਂ ਆਂਟੀ ਨੂੰ ਗੱਡੀ ਹੁਣ ਇੱਥੇ ਆਏ ਜੀ ਆਪਾਂ ਮਿੰਤੀ ਦੇਣ ਵਾਸਤੇ ਜਿਹੜਾ ਆਪਾਂ ਪਿੱਛੇ ਬਣਾਉਣਾ ਇੱਥੇ ਬਲੈਕ ਵਾਟਰ ਟੈਂਕ ਜਿਹੜਾ ਬਣਾਉਣਾ ਇੱਥੇ ਥੱਲੇ ਬਣਾਵਾਂਗੇ ਜਿਹੜੀ ਸਟਿਪਣੀ ਵਾਲੀ ਜਗ੍ਹਾ ਤੇ ਇਹ ਸਟਿਪਣੀ ਆਪਾਂ ਕੱਢ ਕੇ ਇਹਨੂੰ ਉੱਪਰ ਸ਼ਿਫਟ ਕਰ ਦਾਂਗੇ ਤੇ ਇੱਥੇ ਦੇਖਦੇ ਕਿੱਦਾਂ ਕੀ ਬਣਦਾ ਇਹਦਾ ਤਾਂ ਨਾਮ ਆਸਿਫ ਆ ਤੇ ਆਪਾਂ ਨੂੰ ਦੁਕਾਨਦਾਰ ਨੇ ਭੇਜਿਆ ਕਹਿੰਦੇ ਵੀ ਜੋ ਵੀ ਤੁਸੀਂ ਕਹੋਗੇ ਇਹ ਉਹਨੂੰ ਨਕਸ਼ਾ ਉਲੀਕ ਕੇ ਦੇ ਦਿਓ ਤੇ ਬੱਬੇ ਵਿਸ਼ਕਰਮਾ ਨੂੰ ਇਹ ਬਿਲਡਿੰਗ ਖੜੀ ਕਰ ਦੂਗਾ ਉੱਥੇ ਅੱਛਾ ਇਹਨੇ ਮਿੰਤੀ ਵਗੈਰਾ ਲੈ ਲਈ ਹੈ ਤੇ ਇਹ ਕਹਿੰਦਾ ਮੈਂ ਬਣਾ ਦੂੰਗਾ ਤੇ ਬਾਕੀ ਰੇਟ ਵਗੈਰਾ ਦੀ ਗੱਲ ਕਰਦੇ ਆ ਤੇ ਜਿਵੇਂ ਹੋਊਗਾ ਤੁਹਾਨੂੰ ਸਾਰਾ ਦੱਸ ਦਿਆਂ 27,000 ਤੇ ਇੱਧਰ ਇਹ ਦੇਖੋ ਜਿਹੜੀਆਂ ਪੱਤੀਆਂ ਆਪਾਂ ਮੋੜ ਕੇ ਰੱਖੀਆਂ ਇਹ ਆਪਾਂ ਮੋੜੀਆਂ ਕਿਉਂ ਆਪਾਂ ਜਿਹੜੀ ਉੱਪਰ ਵੈਨ ਦੇ ਉੱਤੇ ਉਹ ਉੱਥੇ ਟੈਂਕੀ ਰੱਖੀ ਹੈ ਨਾ ਉੱਪਰ ਤੇ ਉਹਨੂੰ ਰੋਕਣ ਵਾਸਤੇ ਵੀ ਇਹਦਾ ਪੂਰਾ ਉੱਤੋਂ ਜੰਗਲੇ ਵਾਂਗੂ ਇਹਦਾ ਬਣ ਜੂਗਾ ਕਵਰ ਜਿਹਾ ਬਣ ਜੂਗਾ ਇਹਨਾਂ ਦਾ ਪੱਤੀਆਂ ਦਾ ਤੇ ਸਾਰੀਆਂ ਪੱਤੀਆਂ ਇਦਾਂ ਆਪਾਂ ਮਿਣ ਮਿਣ ਕੇ ਜਿਹੜੀ ਮੋੜ ਲਾਂਗੇ
ਪਹਿਲਾਂ ਇਹਦੀ ਮਿਹਨਤੀ ਕੀਤੀ ਆ ਤੇ ਹੁਣ ਇਹਨੂੰ ਉਨੀ ਉਨੀ ਮਿਹਨਤੀ ਤੇ ਫਿਰ ਮੋੜਿਆ ਜਾਊਗਾ। मेन कारण यही है बस इन्ना भी टैंकी जो वैन चले उदो कि डिगे ना चाहे इधर उधर ना जाए टैंकी बनने वास्ते पत्री बनाई है। बाथरूम का जेड़ा पानी निकल वाला होला ओदी बनाउन दा सोचन दे किधर नू करना है। इन पिंक जो हट न थोड़ा ये पौने हार्ड हो जाता है। थोड़ा ये पौने हैं। ये ज़्यादा पास ही ना फिर अपनों लॉन तो पहले ही है। हार्ड हो जाने हैं। मेरे को महिंद्रा के जी भी 100 का ना डीजल टैंक पंप लगे हाँ वो मैं क्या चलो ट्राई कर देना भी पानी भरया जाता कि नहीं भरया वैसे सिस्टम कामयाब हो गया है तो कि भी आप नदी नहर चो पानी भरना होगा तो ये आप भर लिया करा इन पक्का फिट करा वैसे आरजी तौर पर मैं एक्सपैरीमेंट तौर पर लागे देख रहा। हाँ पुत आ रहा पानी उत्ते हाँ चलो ठीक है इसे पाइप के नाल पानी उपर चढ़ूगा इसे दे नाल ही थले आऊगा।
अगर आप ड्रेन भी करनी हो टंकी तो भी आप ये करा टूटी थोड़ी थोड़ी लीक लग रही है मैं चैक किया जोड़ नहीं लीक इतों लीक है इस जगह तो कोई नहीं आप चेंज कर लियावे वैसे मैं हल्की लेके आया टूटी वो कहते भी ये भी ठीक है हम चेंज करके स्पीरियर लेके आवेंगे बाथरूम जिहड़ा प्रेशर जैट लाना आपां ते टैंकी नूं पानी सप्लाई देनी आ उहदे विच आउटपुट लाउणी आपां कल तुहानूं दिखाई सी जिहड़ी टैप मिल गई आ पर उह समझ नहीं आ रही वी कलंबना लाईए जां किस तरह लाईए हुण मैं सोचिया वी इहदे विच ला के ना इस तरह जी फिट कर दूंगा इहनूं कट के च फिट कर दिंदे आ तां कि बलो मजबूत रहे जां फिर ऊंचा करना पैणा सी आपां नूं कुछ होर लाउणा पैणा सीगा इदां ही जगाड़ करके दे दें शायद हो जाए जिहड़ा आपां बाहर औजार बनाया सी आ देखो इस तरह वा ये टैप आ ये एक जैट नूं पानी जा रहा एक जा रहा उपर टैंकी नूं तुसीं तां समझ नहीं आ रही सी इहनूं किद्दां फिट करिए मैं तुहानूं दस्सिया सी फिर आपां आह जगाड़ बनाया इस तों बाद की होया वी इह आपां थल्ले कलंप कसदे सी फिर इह अंदर जांदा नहीं इहदे पहलां आपां इहनूं ग्राइंड कीता पाइप पूरी पूरी सी आपां बाजारों तों लै के नहीं आए सी कोई ते पाइप पूरी पूरी सी इह जिहड़ों घरों पड़दे वाली पाइप कट्टी सी आपां इह साइज़ पूरा पूरा सी फिर आपां इहदी थां ते आह ला रहे आ देखो इदां कलंप बना के किद्दां तार लै के ना देखो जिवें तार आ बाकी बहुता प्रेशर नहीं है इतने भी एवं अपन कलंप की कोई एड्डी खास जरूरत नहीं हैगी तो आप देसी कलंप बना के ला दें देखो एक दी थां ते दो ला देंगे ते आपां परले बन्ने जिहड़ी कुंडी छड्डी ओह कहां छड्डी है जी जी इको बन्ने टाइट करांगे ना ते फिर ये टुट जांदा वा अच्छा ते इहनूं आपां दोवें पासों टाइट करांगे आ देख अक्सर आप जो इन प्रेस करते ना शायद तू किया भी होगा कभी हाँ। एक बने आप करिए ना तो पूरी कस पाँदा है तो नाले जो ज्यादा कसन लगी फिर टुट जाता है फिर इदा जी खिचाव दोवें बने बनने बिलकुल बिलकुल इवें टाइट भी पूरा हो जाएगा डबल ला दें आप ज्यादा फालतू जा मुड़ के फिर अड़ूगा जिवें पहला कलम पड़ रहा सी हां वैसे हाथ ते भी वज्जूगा क्योंकि तिखा होगा ना हां तो इनो आपा ठा नु मोड़ दांगे ना नु हां जी
जिथे आप सोफा कम बैड मना दिता सॉप है इन्हों काफ़ी दिन पहले आप साइज दे गए भाई साहब साइज भी दस गए थे तो वो सामने सोफा लेके आते पे हैं लियो 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 आप रख के देखते हैं सीधा थोड़ा साइज का फर्क सी इन्ना कुछ व्डा फिर आप साइज दसता भी आप गड्डी रखना तो उस हिसाब ने बनाता वा चलना घर आज सोफे बेड बाथरूम किचन हाँ किचन दो किचन बनाए हैं देख पीछे कितने एक किचन एक बिल्कुल के किचन कमरा मतलब कर कमरा नहीं कमरा देखने का रहा है किचन भी यहाँ जेड़ा साड़ा ड्राइंग रूम हो गया है ना वो साड़ा बेडरूम हो गया वॉशरूम हो गया ये जेड़ा आप पीछे गद्दा बनवाया सी ना कोलों थोड़ा साइज का फर्क सी 6x6 नहीं सी साइज थोड़ा फर्क सी इस करके फिर इन्होंने कटिंग करके टाइम लिया दो तीन दिन का कहते असी बना देंगे देखते हैं शायद किस तरह ये बनता बहुत पैसा थोड़ा धन्यवाद पैसे तो लेने होर है इन्होंने शॉप का नाम है क्लासिक फाइबर तो बहुत नाइस ने मैं पिछले 1.5-2 साल तो जानता भाई साहब न रोहित आहूजा क्लासिक फैब्रिक जिहड़ा आपां गड्डी दे थल्ले ब्लैक वाटर टैंक लगाउणा सीगा ते जिहड़ा बर्तनां दा पानी आना सी उहदे उत्ते दोनों असीं दो टैंक लै लए आपां ते इह समान लिया आपां विक्की कवाड़िया मरिंडे तों इहनूं कवाड़िया चलो नाम जुड़ जांदा पर बहुत अच्छे मित्र ने पिछले 5-6 साल तों आपां नूं जाणदे आ इह ते इहनां कोलों टैंक लिया इह इहने तसल्ली दे दित्ता कहिंदे बिल्कुल ठीक रहूगा जदों मर्जी आ के बदलिओ तोल के इहनां दित्ता थोड़ा कोई भी किसी होर गड्डी का समान चाहिए भी किसी भी किस्म का चाहे मार्केट वाली चाहे आउट ऑफ मार्केट वाली है तो तुम इन्हों को ले सकते मैं इन्हों नंबर पा दूंगा वीडियो के फोन कर लियो आ देखो सामने इन्हों दे इस तरह 3 गैरेज आ इधर एक जिते खड़े ने उदे मगर एक ओ सामने देखो मैं जूंगा कि होना एक इतने 3 वे गैरेज ने सारा समान उन्होंने इन्होंने को मिल जूगा विच नंबर बोल दो 9987549111 विक्की संदीप मोटर तो आलमोस्ट अपनी जी वैन जी पूरी तैयार हो चुकी है तो अज चल रही है जी वैन की साफ सफाई तो घुंड चकई तो ये सारे पन्ने के आप उतार रहे हैं तो कुछ जी आप फोम जी भरी है जी एक्सट्रा लगी सी उन्होंने भी आप पत्री के नाल उतार रहे हैं बहुत हिसाब न करना पैंता भी स्क्रैच वगैरह भी ना पैन तो भी रहे तो कुछ इधर आ जी चीज़ लाती है जो पूरा फाइनल जो मैं नहीं स्वाद आया इन फिर थोड़ा ठीक करा तो कुछ आ लगी है पत्री जी ये तो कुछ आप फॉर्म भरती है क्योंकि जिम्मे तुम दस करव जो नाल वैन तो समझ नहीं लगती उतो किस तरह कि चीज लाइए तो इधरली चीज तो सारे आप जो पन्ने जे यानी कि घुंड चुक दिता बाथरूम का तो इधरली चीज तो आ जी चीज लाने बहुत जोर लगता गुड्डू ला गई है हमने अंदर गई मेरे न कहनी मम्मी एक बहुत उन्होंने ये कि मैं शीशे से खेच लूंगी पर यह गम ही एड्डी जोर न लगी हुई है तो ये आप ना लाने का कारण यह सब भी जो आप कोई समान अंदर लैके आते कुछ आप बनाते ना टूटियां वगैरह ला लिया थले फर्श है ला दिता वखरा फर्श कलर का लाया जिवें टाइलां लगियां होंदियां इदां दी फीलिंग आ रही है ते हुण इत्थे रह गया मैट जिहड़ा इहदे वैसे तो लगा आ पर आपां अपना होर मैट एक लावांगे उह लैके आए आपां ते ओ इस करके नहीं अजे लाया भी पहला दी सारी साफ सफाई करके थले भी चंगी तरह पोचा ला के फिर फाइनल उन्हूं आपां ला दांगे ਜਦੋਂ ਆਪਾਂ ਗਏ ਸੀ ਨਾ ਪਾਈਪ ਲੈਣ ਉਹ ਤੋਂ ਵਾਈਟ ਦੇਖੀ ਹੁਣ ਨਹੀਂ ਨੀਲੀ ਦੇਖ ਹਣਾ ਬਲੂ ਉਹ ਯੈਲੋ ਦੇਖੀ ਸੀ ਓਕੇ ਯੈਲੋ ਸੀ
ਗੱਡੀ ਦੇ ਨੀਚੇ ਫਲੋਰ ਚ ਲਾਉਣ ਵਾਸਤੇ ਆਪਾਂ ਇੱਕ ਇਹ ਮੈਟ ਸ਼ੀਟ ਲੈ ਕੇ ਆਏ ਆ ਤੇ ਜਿਸ ਤਰ੍ਹਾਂ ਇਹਦੇ ਮੋੜ ਘੋੜ ਪੈਂਦੇ ਸੀ ਉਸੇ ਤਰ੍ਹਾਂ ਇਹਨੂੰ ਆਪਾਂ ਕੱਟ ਲਿਆ। ਦੇਖੋ ਗੇਅਰ ਦੇ ਕੱਪੜੇ ਵਿੱਚ ਵੀ ਛੇਕ ਕੱਢ ਲਿਆ। ਫਿਰ ਮੈਂ ਨਿਸ਼ਾਨੀਆਂ ਲਾ ਲਈਆਂ ਜਿੱਥੇ ਤੇ ਵੈਲਕਰੋ ਟੇਪ ਲਾਉਣੀ ਹੈ। ਵੈਲਕਰੋ ਟੇਪ ਦੇ ਨਾਲ ਆਪਾਂ ਨੂੰ ਚਿਪਕਾਵਾਂਗੇ ਤੇ ਤਾਂ ਕਿ ਜਦੋਂ ਆਪਾਂ ਤੁਰਾਂ ਫਿਰਾਂਗੇ ਤਾਂ ਇਕੱਠਾ ਨਾ ਹੋਵੇ, ਹੈ ਨਾ। ਤੇ ਆਪਾਂ ਜੀ ਸਿਲਾਈ ਕਰ ਲੈਂਦੇ ਹਾਂ। ਇਸੇ ਤਰ੍ਹਾਂ ਆਪਾਂ ਕਟਿੰਗ ਕਰ ਲਈ ਸਾਰੀ ਇਹਦੀ। ਕੁਛ ਪੀਸ ਆ ਪਿਆ ਜਿਹੜਾ ਪਿੱਛੇ ਵਾਲੇ ਕਟਿੰਗ ਵਾਲਾ ਸੀਗਾ। ਜਿਵੇਂ ਜਿਵੇਂ ਆਪਾਂ ਵੈਨ ਦੇ ਵਿੱਚ ਇਹਦੀ ਕਟਿੰਗ ਕੀਤੀ ਸੀ ਪਹਿਲਾਂ ਇਹਨੂੰ ਨੀਚੇ ਆਪਾਂ ਵਿਛਾ ਲਿਆ, ਇੱਦਾਂ ਵਿਛਾ ਕੇ ਫਿਰ ਸਮਝ ਆ ਜੂਗੀ, ਹੈ ਨਾ। ਉੱਦਾਂ ਸਾਰਾ ਇਕੱਠਾ ਜਿਹਾ ਹੋ ਰਿਹਾ, ਇੱਧਰ ਉੱਧਰ ਤੋਂ ਕੋਈ ਜੁੜ ਨਾ ਜਾਵੇ। ਵੈਲਕਰੋ ਟੇਪ ਵੀ ਨੀਚੇ ਲਾਉਣੀ ਹੈ ਇਹਦੇ, ਅਤੇ ਇਹਨੂੰ ਆਪਾਂ ਜੋੜ ਲੈਂਦੇ ਪਹਿਲਾਂ। ਆਹ ਆਪਾਂ ਨੀਚੇ ਵੈਲਕਰੋ ਟੇਪ ਲਾਤੀ ਆ, ਦੂਸਰਾ ਹਿੱਸਾ ਇਹਦਾ ਗੱਡੀ ਦੇ ਨੀਚੇ ਲੱਗੂਗਾ। ਗੱਡੀ ਦੇ ਫਲੋਰ 'ਤੇ ਲਾਉਣੀ ਹੈ ਜਿਵੇਂ ਜਿਵੇਂ ਆਪਾਂ ਇਹ 'ਚ ਸੀ। ਹੁਣ ਉਸ ਤੋਂ ਪਹਿਲਾਂ ਝਾੜੂ ਮਾਰ ਲੈਂਦੇ ਹਾਂ। ਵੈਸੇ ਤਾਂ ਸਾਫ਼ ਹੀ ਸੀਗੀ ਪਰ ਫਿਰ ਵੀ ਜੋ ਕੱਟ ਵੱਟ ਕੀਤੀ ਅਤੇ ਮਿੱਟੀ ਆ ਗਈ। ਚੰਗੀ ਤਰ੍ਹਾਂ ਮਜ਼ਬੂਤੀ ਨਾਲ ਚਿਪਕਿਆ ਰਹੇ ਵੈਲਕਰੋ ਟੇਪ, ਇਸ ਕਰਕੇ ਆਪਾਂ ਪਹਿਲਾਂ ਐੱਸ ਆਰ ਲਾ ਰਹੇ ਹਾਂ ਨੀਚੇ ਇਹਦੇ, ਅਤੇ ਫਿਰ ਇਸ ਤਰ੍ਹਾਂ ਆਪਾਂ ਇੱਕ ਇੱਕ ਨਟ ਲਾ ਰਹੇ ਹਾਂ। 5-6 ਇੰਚ ਦੀ ਦੂਰੀ 'ਤੇ ਲਾਈ ਜਾਵਾਂਗੇ ਨਟ ਇੱਦਾਂ, ਕਿਉਂਕਿ ਇਹ ਤਾਂ ਪੱਕੇ ਫਿਕਸ ਰਹਿ ਗਏ ਨੇ। ਜਿਹੜਾ ਆਹ ਵਾਲਾ ਹਿੱਸਾ ਇਹ ਆਪਾਂ ਲਾ ਕੇ ਧੋ ਸਕਦੇ ਹਾਂ। ਕੱਪੜਾ ਇਕੱਠਾ ਹੋ ਜਾਂਦਾ, ਇਸ ਕਰਕੇ ਆਪਾਂ ਕੈਂਚੀ ਰੱਖ ਲੈਂਦੇ ਇੱਥੇ, ਇੱਦਾਂ ਉਂਗਲ 'ਤੇ ਡਿੱਲ ਵੱਜ ਗਈ ਅੱਗੇ। ਇਹ ਜੁਗਾੜ ਸਾਡੇ ਪੰਜਾਬੀਆਂ ਦੇ, ਹੈ ਨਾ, ਕੈਂਚੀ ਨਾਲ ਇੱਕ ਸਾਈਡ 'ਤੇ ਰੱਖਦੇ ਨੇ। ਹੁਣ ਇਹ ਸੋਫਾ ਕਮ ਬੈੱਡ ਆਪਾਂ ਇੱਥੇ ਰੱਖ ਲੈਂਦੇ ਹਾਂ। ਨਹੀਂ ਪੁੱਠਾ ਰੱਖਿਆ ਗਿਆ, ਘੁਮਾਓ ਹੁਣ ਫੇਰ। ਚਲੋ ਇੱਧਰ ਨੂੰ ਆ ਗਏ, ਇੱਧਰ ਨੂੰ ਧੱਕ ਦੋ। ਇਹ ਥੱਲੇ ਇੱਧਰ ਆਪਾਂ ਕੱਪੜਾ ਲਾ ਕੇ ਥੋੜੇ ਪੇਚ ਮਾਰ ਦਿੱਤੇ ਆ, ਵੀ ਇੱਧਰੋਂ ਇਹ ਚੀਜ਼ ਨਿਕਲੇ ਨਾ। ਹੁਣ ਇਹ ਆਪਣਾ ਸੋਫਾ ਲੱਗ ਗਿਆ ਇੱਥੇ। ਚਲੋ ਜੀ, ਫਾਈਨਲ ਹੋ ਗਿਆ ਸਾਰਾ ਹੀ। ਇੱਧਰੋਂ ਚਿਪਕਾ ਦਿਓ ਇਹਦੇ ਨਾਲ ਬਸ। ਹੁਣ ਇਹਦੇ ਆਪਾਂ ਇੱਧਰ ਪਰਦੇ ਲਾਉਣ ਨੂੰ ਲੈ ਕਹਿ ਦਈਏ। ਦੇਖੋ ਤੁਸੀਂ ਕਲਰ ਪੂਰਾ ਮੈਚ ਕਰ ਗਿਆ ਆਪਣਾ, ਪਰ ਦਿੱਕਤ ਇਹ ਆਈ ਹੈ ਪ੍ਰੋਬਲਮ ਵੀ ਇਹਦਾ ਜਿਹੜਾ ਸਾਈਜ਼ ਆ ਉਹ ਵੱਡੇ ਵੱਡੇ ਹੀ ਆਪਾਂ ਨੂੰ ਮਿਲਦੇ, ਜੋ ਹੁਣ ਆਪਾਂ ਇਹ ਮਿਹਨਤੀ ਕਰ ਕਰਕੇ, ਕਿਉਂਕਿ ਆਪਣੇ ਇੱਧਰ ਇਹਦੇ ਵਿੱਚ ਤੁਸੀਂ ਥੱਲੇ ਦੇਖ ਸਕਦੇ ਹੋ, ਪਰ ਸਾਨੂੰ ਇਹ ਪਰਦੇ ਇਹਦੇ ਵਿੱਚ ਇੱਥੇ ਲਾਉਣੇ ਪੈਣੇ। ਇੱਥੇ ਕੁੰਡੀਆਂ ਜਿਹੀਆਂ ਲੱਗੀਆਂ ਉਹਦੇ ਵਿੱਚ ਟੰਗਾਂਗੇ। ਇਹ ਆਪਾਂ ਨੂੰ ਇਹਦੀ ਸਰਕਲ ਜਿਹੇ ਦੀ ਵੀ ਜ਼ਰੂਰਤ ਹੈ ਨਹੀਂ, ਕਿਉਂਕਿ ਪਾਈਪ ਨਹੀਂ ਆਪਾਂ ਇੱਥੇ ਲਾਉਣੇ। ਅਤੇ ਆਪਾਂ ਉਹਨਾਂ ਨੂੰ ਕਹਿੰਦੇ ਸੀ ਵੀ ਸਾਨੂੰ ਇਸ ਮਿਹਨਤੀ 'ਤੇ ਬਣਵਾ ਕੇ ਦੇ ਦਿਓ, ਪਰ ਉਹ ਕਹਿੰਦੇ ਫਿਰ ਉਹ ਤੁਹਾਨੂੰ ਮਹਿੰਗੇ ਪੈਣਗੇ, ਤੁਸੀਂ ਇੱਦਾਂ ਲੈਣ ਦੇ ਵਿੱਚ ਹੀ ਤੁਹਾਨੂੰ ਫਾਇਦਾ। ਹੁਣ ਆਪ ਹੀ ਕਰਾਂਗੇ ਸਾਰਾ ਕੁਛ, ਜਿਵੇਂ ਤੁਹਾਨੂੰ ਪਤਾ ਆਪਾਂ ਸਾਰੇ ਹੀ ਕੰਮ ਆਪ ਹੀ ਕੀਤੇ ਵੈਨ 'ਚ। ਅਤੇ ਹੁਣ ਇਹ ਪੜਦੇ ਵੀ ਮੈਂ ਮਿਹਨਤੀ ਪਈ ਸੀਗੀ ਵੀ ਇਹ 9 ਫੁੱਟ ਦਾ ਜਿਹੜਾ ਪੜਦਾ ਇਹਦੇ ਵਿੱਚ ਆਪਣੇ ਪੜਦੇ ਕਿੰਨੇ ਬਣਦੇ ਆ, ਉਸ ਹਿਸਾਬ ਨਾਲ ਇਹ ਪੜਦੇ ਬਣਾਵਾਂਗੇ ਆਪਾਂ। ਇਹ ਉਹ ਟੈਂਕੀ ਆ ਜੀ ਜਿਹੜੀ ਆਪਾਂ ਥੱਲੇ ਲਾਉਣੀ ਆ। ਇਹਦੀ ਆਉਣੀ ਆ ਸਾਈਡਾਂ ਦੀਆਂ ਜਿਹੜੇ ਕਲਿੱਪ ਜੇ ਕੱਟ ਦੇਣੇ ਦੇ। ਹਾਂ ਆਪਾਂ ਉਹਦੇ ਬਣਾ ਕੇ ਲਾਵਾਂਗੇ ਨਵੇਂ। ਹੈ ਆਪਣੇ ਕੋਲ ਹੈਗੀ ਪੱਤੀ ਉਹਦੇ ਬਣਾ ਕੇ ਲਾਵਾਂਗੇ, ਇਹ ਤਾਂ ਗਲੀ ਜੀ ਪਈ ਹੈ ਸਾਰੀ। ਓਕੇ, ਜਿਹੜਾ ਵੇਸਟ ਟੈਂਕ
तो किचन वाला टैंकी जिहड़ा वेस्ट आप कटना सीगा उहदे वास्ते आप जरूरी समान ले लिया इन्हों आप करावे वैल्डिंग दोहां चीज़ों इतों ऑन ऑफ करके बाहर कटांगे ये वड्डे टैंक का है ये छोटे का है वाल तो आप वैल्डिंग करा तुम दिखाने फिर इवेंट लैके असं गैस वैल्डिंग वाली दुकान से आप आए हैं इन्हें वीर जी ने गल की है कहते बना देंगे तो देखते आप कि वैल्डिंग करते हैं ये वीर जी कह रहे कहते भी इस डीजल है अग ना लग जाए इस करके पहला पानी का छिट्टा मार लीए इनू तो वैसे गलत ने सही मैं पता हूँ तो मैं पहलों घरों मार लिया होना जी चलो कोई नहीं भाई साहब ने बहुत सोहना वैल्डिंग किया पूरा प्रॉपर कहते मैं डबल डबल लेयर ला दी है ताकि माड़ी मोटी सट मार के उसे करना तो भी लीक नहीं होगा दोवे टंकियों आप जिस तरह जिस तरह के इंस्ट्रूमेंट वैल्डिंग कराने से करवा ले देखो ये हवा निकलू आ ये मेन इतों इन हैगा इतने आप वाल लावे आउट वाला इस तरह छोटी टंकी का ही आउट वाला इन लाया इनवेंट पहला ही है इतने मोटर लगी थी हूँ आप घर ले के देखते हैं फिट करके जो कोई कमी हुई तो फिर दोबारा आप इन्हों को लेवे या गड्डी आप लेवे इन्हों को ਤੁਸੀਂ ਵੀਡੀਓ 'ਚ ਵੇਖਿਆ ਹੀ ਹੋਊਗਾ ਵੀ ਕੱਲ੍ਹ ਆਪਾਂ ਜਿਹੜਾ ਸੋਫਾ ਕੰਮ ਬੈੱਡ ਵੀ ਲਿਆਏ ਹੁਣ ਬਸ ਇਹਦੀ ਨਾ ਵੈਨ ਦੀ ਸੈਟਿੰਗ ਕਰਨ ਵਾਲੀ ਰਹਿ ਗਈ ਆ ਵੀ ਕੀ ਇਹਦੇ ਵਿੱਚ ਆਪਾਂ ਟੰਗਣਾ ਵਾ ਜਾਣੀ ਕਿ ਸ਼ਿੰਗਾਰਨ ਵਾਲਾ ਰਹਿ ਗਿਆ ਇਹਨੂੰ ਉਹ ਆਪਾਂ ਸ਼ਿੰਗਾਰਾਂਗੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਇਸ ਵੈਨ ਦਾ ਅਸੀਂ ਇਸਤੇਮਾਲ ਕਿਵੇਂ ਕਰਦੇ ਹਾਂ ਕਿੱਧਰ ਨੂੰ ਪਹਿਲਾਂ ਟੂਰ ਬਣਾਉਂਦੇ ਹਾਂ ਕੀ ਕਰਦੇ ਹਾਂ ਉਹ ਸਾਰਾ ਵੀਡੀਓ ਦੇ ਵਿੱਚ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਰਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਜੇ ਨਵੀਂ ਨੌਲੇਜ ਮਿਲੂਗੀ ਤੁਹਾਨੂੰ ਨਵਾਂ ਇੰਟਰਟੇਨਮੈਂਟ ਮਿਲੂਗਾ ਤੇ ਨਵੇਂ ਵਲੌਗ ਵੇਖਣ ਨੂੰ ਮਿਲਣਗੇ ਤੁਹਾਨੂੰ ਨਵੇਂ ਲੋਕਾਂ ਦੇ ਨਾਲ ਨਵੀਂ ਨਵੀਂ ਜਗ੍ਹਾ ਦੇ ਨਾਲ ਤੁਹਾਨੂੰ ਆਪਾਂ ਮਿਲਾਵਾਂਗੇ ਜੀ ਦੱਸੋ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਹੈਗਾ ਕਿਉਂਕਿ ਬਹੁਤ ਭੈਣ ਭਰਾ ਇਹੋ ਜਿਹੇ ਨੇ ਜਿਹਨੇ ਵੀਡੀਓ ਤਾਂ ਰੋਜ਼ ਵੇਖਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਪਲੀਜ਼ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤਾਂ ਕਿ ਤੁਹਾਨੂੰ ਜਿਹੜੀ ਆਪਾਂ ਲੇਟੈਸਟ ਵੀਡੀਓ ਪਾਵਾਂਗੇ ਉਹਨਾਂ ਦੀ ਨੋਟੀਫਿਕੇਸ਼ਨ ਆਉਂਦੀ ਰਹੇ ਉਹਦੇ ਵਾਸਤੇ ਤੁਸੀਂ ਬੈਲ ਬਟਨ ਵੀ ਦਬਾ ਲਿਓ ਜੇ ਹੁਣ ਇਸ ਵੀਡੀਓ ਦਾ ਕਰਦੇ ਇੱਥੇ ਐਂਡ ਮਿਲਦੇ ਹਾਂ ਨੈਕਸਟ ਵੀਡੀਓ ਤਦ ਤੱਕ ਲਈ ਬਾਏ।